ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਸ਼ਨੇਕ ਸਿੰਘ ਪਿੰਕਾ ਜੱਥੇਦਾਰ ਟੀਵੀ ਤੋਂ ਸਾਡੇ ਕੋ ਦਿੱਲੀ ਸਿੱਖ ਗੁਰਦੁਆਰਾ ਪੰਦਰ ਕਮੇਟੀ ਦੇ ਮੈਂਬਰ ਭਾਈ ਸਾਹਿਬ ਭਾਈ ਹਰਜੀ ਸਿੰਘ ਜੀ ਜਿਹੜੇ ਨੌਜਵਾਨ ਨੇ ਗੁਰਸਿੱਖੀ ਤੇ ਵਿਸ਼ਵਾਸ ਕਰਨ ਵਾਲੇ ਇਨਸਾਨ ਨੇ ਗੁਰਸਿੱਖੀ ਦੀ ਸੇਵਾ ਵੀ ਸੱਚੇ ਮਨ ਨਾਲ ਤਪ ਕਰਦੇ ਨੇ ਪਰ ਅੱਜ ਵੇ ਆਪਣੇ ਮਨ ਤੋਂ ਵਿਆਦ ਖੋਸ਼ਾ ਕਿ ਭਾਈ ਸਾਹਿਬ ਦੀ ਪੂਰੀ ਕਮੇਟੀ ਨੂੰ ਵਧਾਈ ਦੇ ਪਾਤਰ ਕਿ ਜਿਨ੍ਹਾਂ ਨੇ ਸੰਤ ਸਮਾਜ ਨੂੰ ਬੁਲਾ ਕੇ ਔਰ ਸਿੱਖੀ ਦੀ ਗੱਲ ਕੀਤੀ ਸਿੱਖੀ ਦੀ ਗੱਲ ਸਿੱਖੀ ਦੇ ਪ੍ਰਚਾਰ ਬਾਰੇ ਗੱਲ ਕੀਤੀ ਇਹ ਹੋਣਾ ਵੀ ਬਹੁਤ ਜ਼ਰੂਰੀ ਛਾ ਅਸੀਂ ਫਿਰ ਇੱਕ ਗੱਲ ਕਹਿ ਦੇਣਾ ਚਾਹੁੰਦੇ ਵੀ ਇਸ ਕਮੇਟੀ ਨੇ ਇਹ ਰਾਜਨੀਤੀ ਤੋਂ ਉੱਠ ਕੇ ਗੱਲ ਕੀਤੀ ਤੇ ਅੱਜ ਇਹ ਭਾਈ ਸਾਹਿਬ ਨੂੰ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਤੁਹਾਡਾ ਜੱਥੇ ਦਾ ਟੀਵੀ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਸ਼ਾਂਤ ਸਮਾਜ ਦਿੱਲੀ ਸੀ ਗੁਰਦਵਾਰ ਕਮੇਟੀ ਚ ਆਇਆ ਸ਼ਾਂਤ ਸਮਾਜ ਬਿਹਤ ਖੁਸ਼ੀ ਗਿਆ ਤੁਹਾਡੇ ਉਹਨਾਂ ਨੇ ਕਿਹਾ ਵੀ ਜਿਹੜੀ ਸਿੱਖੀ ਦੀ ਗੱਲ ਕੀਤੀ ਦਿੱਲੀ ਸੀ ਗੁਰਦਵਾਰ ਕਮੇਟੀ ਨੇ ਉਹ ਇੱਕ ਵਧਾਈ ਦੇ ਪੱਤਰ ਜੀ ਬਿਲਕੁਲ ਦਿੱਲੀ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੋਡਲਾ ਫਰਜ ਹੈ ਸਿੱਖੀ ਨੂੰ ਪਰਫੁੱਲਤ ਕਰਨਾ ਆਪਾਂ ਜਦੋਂ ਸਾਰੇ ਮਿਲ ਜੁਲ ਕੇ ਸੰਤ ਸਮਾਜ ਸਭਾਵਾਂ ਸਿੰਘ ਸਭਾਵਾਂ ਹੋਚ ਨੇ ਜਿ세 ਬੰਦੀਆਂ ਨੇ ਜਿੰਨੀਆਂ ਸੰਸਥਾਵਾਂ ਨੇ ਅਗਰ ਅਸੀਂ ਸਾਰੇ ਰਲ ਕੇ ਇੱਕ ਅਸੀਂ ਨਵੇਂ ਕਲਾ ਇਹ ਜਿਹੜਾ ਪ੍ਰੋਗਰਾਮ ਅਸੀਂ ਤਿਆਰ ਕਰਾਂਗੇ ਜੋ ਅਸੀਂ ਸਿੱਖੀ ਨੂੰ ਪਰਫੁੱਲਤ ਕਰਨ ਦਾ ਜੀ ਕਿਉਂਕਿ ਸਾਡਾ ਮੋਢਲਾ ਫਰਜ ਵੀ ਹੈ ਤੇ ਅਸੀਂ ਇਹਦੇ ਚ ਸੰਸਮਾਜ ਨੂੰ ਜੋੜਿਆ ਹੋਰ ਸੰਸਮਾਜ ਜੁੜੀਆਂ ਨੇ ਤੇ ਮੈਂ ਆਪਣੇ ਪ੍ਰਧਾਨ ਸਾਹਿਬ ਹਮੇਸ਼ਿੰਗ ਕਾਲਕਾ ਜੀ ਦਾ ਜਨਰਲ ਸਕੱਤਰ ਕਾਲੋ ਸਾਹਿਬ ਦਾ ਵੀ ਇਹ ਦੂਰਦੇਸ਼ੀ ਤੋਂ ਮੈਂ ਇਹਨਾਂ ਦੇ ਹੀ ਬੜੀ ਪ੍ਰਭਾਵੇਤਾ ਨਾਲ ਹੀ ਜਿਹੜੇ ਸਾਡੇ ਤਰਨ ਪ੍ਰਚਾਰ ਦੇ ਇਸ ਟਾਈਮ ਚੇਅਰਮੈਨ ਨੇ ਜਸਪ੍ਰੀਤ ਸਿੰਘ ਜੀ ਕਰਮ ਸਰ ਇਹਨਾਂ ਨੇ ਬਹੁਤ ਵਧੀਆ ਇਹ ਉਪਰਾਲਾ ਸ਼ੁਰੂ ਕੀਤਾ ਜੀ ਵੀ ਜੀ ਸੰਤ ਸਮਾਜ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਅਸੀਂ ਸਾਰੇ ਉਹਨਾਂ ਮਿਲ ਜੁਲ ਕੇ ਰਹਿੰਦੇ ਹਾਂ ਜਿਹੜੀ ਪੌਟਿਸ ਦੀ ਗੱਲ ਉਹ ਅਲੱਗ ਹੁੰਦੀ ਆ ਜਿਹੜੀ ਧਰਮ ਦੀ ਗੱਲ ਉਹ ਅਲੱਗ ਹੁੰਦੀ ਉਹਨਾਂ ਨੇ ਇਹ ਗੱਲ ਕਿਹਾ ਖੁੱਲ ਕੇ ਕਹੀ ਹੈ ਕਿ ਆਪਾਂ ਧਰਮ ਨੂੰ ਥੋੜਾ ਡਾਊਨ ਹੋਏ ਆਪਣੇ ਧਰਮ ਨੂੰ ਉੱਪਰ ਕਰੀਏ ਔਰ ਪੋਲਿਟਿਕਸ ਨੂੰ ਡਾਊਨ ਕਰੀਏ ਥੋੜਾ ਸਾ ਤਾਂ ਜੋ ਕਿ ਸਿੱਖੀ ਦਾ ਪ੍ਰਚਾਰ ਸਭ ਤੋਂ ਜ਼ਿਆਦਾ ਹੋ ਸਕੇ ਤੇ ਮੈਂ ਚਾਹੁੰਦਾ ਵੀ ਥੋੜੇ ਜਿਹੇ ਜਦ ਵੀਰ ਕਮੇਟੀ ਦੇ ਵਿੱਚ ਆਏ ਆ ਤੇ ਥੋੜਾ ਸਾ ਜਾਣ ਪਈਏ ਲੋਕਾਂ ਦਾ ਰੁਝਾਨ ਤੁਹਾਡੇ ਨੂੰ ਫੜਿਆ ਤੁਸੀਂ ਸਿੱਖੀ ਤੇ ਕਿੰਨਾ ਕੰਮ ਕਰ ਰਹੇ ਹੋ ਬਿਲਕੁਲ ਜੀ ਅਸੀਂ ਸਿੱਖੇ ਲਈ ਪੂਰਾ ਕੰਮ ਕਰਾਂਗੇ ਅਸੀਂ ਸਿੱਖੇ ਤੇ ਪੂਰਾ ਪਹਿਰਾ ਵੀ ਦੇਵਾਂਗੇ ਅਸੀਂ ਜਿਤਨੇ ਐ ਪ੍ਰੋਗਰਾਮ ਨੇ ਹੁਣੇ ਬਹੁਤ ਵਧੀਆ ਪ੍ਰੋਗਰਾਮ ਜਿਵੇਂ ਅਸੀਂ ਜਿਨੇ ਜਿਨ੍ਹਾਂ ਨੇ ਬਾਣੀ ਲਿਖੀ ਹੈ ਜਿਨੇ ਸਾਡੀ ਲਖਾਰੀ ਨੇ ਜੀ ਤੇ ਇਹ ਇਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਸੀ ਕਿ ਇਹਨਾਂ ਨੇ ਕਿਹੜੀ-ਕਿਹੜੀ ਬਾਣੀ ਕਿੱਥੇ-ਕਿੱਥੇ ਕਿਵੇਂ-ਕਿਵੇਂ ਉਚਾਰਨ ਕੀਤੀ ਹੈ ਔਰ ਕਿਵੇਂ ਗੁਰੂ ਸਾਹਿਬ ਨੇ ਉਹ ਦਰਜ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਵੇਂ ਇਹਨੂੰ ਲੜੀਵਾਰ ਇੱਕ ਕਲਮਬਦ ਕੀਤਾ ਹੈ ਤੇ ਉਸ ਤੋਂ ਬਾਅਦ ਅ ਵੀ ਇਹ ਜੋ ਨਾਮੇ ਪਾਸ਼ਾ ਦੇ ਬਾਣੀ ਤੇ ਗੁਰੂ ਗ੍ਰੰਥ ਸਾਹਿਬਾਹ ਜੀ ਅਰਜ ਕੀਤੀ ਗਈ ਹੈ ਤੇ ਇਹ ਸਾਰੇ ਇਹ ਇਹ ਇੱਕ ਇੱਕ ਗੱਲ ਸੰਗਤ ਸਾਹਮਣੇ ਔਰ ਜੋ ਸੰਗਤ ਨੂੰ ਅਜੇ ਇੱਕ ਕਈ ਗੱਲਾਂ ਤੋਂ ਜਾਣੂ ਨਹੀਂ ਹੈ ਜੀ ਅਸੀਂ ਘਰ ਘਰ ਤੱਕ ਜਾ ਕੇ ਇਹ ਗੱਲ ਜਾਣੂ ਕਰਾਈਏ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬਹ ਜੀ ਦਾ ਸੰਦੇਸ਼ ਗੁਰੂ ਗ੍ਰੰਥ ਸਾਹਿਬਹ ਜੀ ਜਿਨ੍ਹਾਂ ਜਿਨ੍ਹਾਂ ਬਣੀ ਕਰਨ ਦੀ ਬਾਣੀ ਹੈ ਜਦ ਤੱਕ ਇਹ ਦਸਨ ਜੀ ਕਾਮਯਾਬ ਨਹੀਂ ਹੋਵਾਂਗੇ ਤੇ ਅਸੀਂ ਸਿੱਖੀ ਨੂੰ ਪਰਫੁੱਲਿਤ ਉਹਨਾ ਨਹੀਂ ਹੋ ਸਕਦੀ ਆਪਾਂ ਇਸ ਕਰਕੇ ਘਰ-ਘਰ ਜਾ ਕੇ ਆਪਣੀ ਸਾਰੀ ਸੰਭਾਵਾਂ ਨੂੰ ਆਪਣੀ ਸਾਰੇ ਜਥੇਬੰਦੀਆਂ ਵਿੱਚ ਜਾ ਕੇ ਜਦੋਂ ਇਹ ਗੱਲ ਕਰਾਂਗੇ ਆਪ ਸਾਡੀ ਗੱਲ ਘਰ ਤੱਕ ਜਾਏਗੀ ਤੇ ਸਾਡੀ ਸਿੱਖੀ ਬਹੁਤ ਪਰਫੁੱਲਿਤ ਹੋਏਗੀ ਘਰ ਘਰ ਤੱਕ ਸੰਦੇਸ਼ ਜਾਣਾ ਬਹੁਤ ਜ਼ਰੂਰੀ ਹੈ ਮੈਂ ਵੀਰ ਜੀ ਇੱਕ ਤੜੇ ਦਾ ਜ਼ਿਕਰ ਕਰਨਾ ਚਾਹੁੰਦਾ ਵੀ ਪ੍ਰਾਈਮ ਮਿਨਿਸਟਰ ਸਾਹਿਬ ਪੂਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਨਾ ਕਿਸੇ ਪਾਰਟੀ ਦੇ ਹੁੰਦੇ ਤੇ ਨਾ ਕਿਸੇ ਦੇ ਆਪਣੇ ਪਰਿਵਾਰ ਦੇ ਮੋਦੀ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਤਾਸ਼ ਯਸਤਵ ਮਨਾਇਆ ਉਹ ਪਹਿਲੇ ਪ੍ਰਾਈਮ ਮਿੰისტਰ ਜਜਵਾਤੀ ਦੇਖੇ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਨਮਸਤਕ ਕੀਤੀ ਹਾਂ ਦੂਸਰੀ ਗੱਲ ਵੀ ਜੀ ਅਸੀਂ ਇਹ ਤਾਂ ਕਰਨੇ ਚਾਹੁੰਦੇ ਹਾਂ ਕਿ ਪ੍ਰਾਈਮ ਮਿੰისტਰ ਸਾਹਿਬ ਨੇ ਉਹਨਾਂ ਨੇ ਸਿੱਖਾ ਵੀ ਜਾਰੀ ਕੀਤਾ ਜੀ ਸਿੱਖਾ ਜਾਰੀ ਕਰਨ ਤੋਂ ਬਾਅਦ ਡਾਕਟਰੀ ਵੀ ਇੱਕ ਜਾਰੀ ਕੀਤੀ ਹੈ ਲੱਗਦਾ ਹੈ ਕਿ ਪ੍ਰਾਈਮ ਮਿੰისტਰ ਸਾਹਿਬ ਦਾ ਦਿਲ ਦੇ ਵਿੱਚ ਸਿੱਖਾਂ ਲਈ ਬਹੁਤ ਪਿਆਰ ਜੀ ਬਿਲਕੁਲ ਪ੍ਰਾਈਮ ਮਿੰისტਰ ਮੋਦੀ ਸਾਹਿਬ ਨੇ ਆਪਣਾ ਸਿੱਖੀ ਪ੍ਰਤੀ ਸਿੱਖਾਂ ਦੇ ਪ੍ਰਤੀ ਆ ਆਪਣਾ ਇੱਕ ਬੜਾ ਪਿਆਰ ਉਜਾਗਰ ਕੀਤਾ ਹੈ ਤੇ ਹੁਣਾ ਵੀ ਚਾਹੀਦਾ ਹਰ ਪ੍ਰਾਈਮ ਮਿਨਿਸਟਰ ਜੀ ਆਪਣੇ ਜਿੰਨੇ ਵੀ ਦੇਸ਼ ਵਾਸੀ ਉਹਨਾਂ ਲਈ ਪਿਆਰ ਹੋਣਾ ਚਾਹੀਦਾ ਹੈ ਉਹਨੇ ਧਰਮਾਂ ਲਈ ਪਿਆਰ ਹੋਣਾ ਚਾਹੀਦਾ ਇਹਨਾਂ ਨੇ ਮੋਦੀ ਸਾਹਿਬ ਨੇ ਇੱਕ ਕਦਮ ਅੱਗੇ ਵਧਾ ਕੇ ਸਾਰੇ ਸਿੱਖਾਂ ਨੂੰ ਪਰ ਸਿੱਖ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਉਹ ਸਿੱਖੀ ਲਈ ਜਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਿਵੇਂ ਵੀ ਹੋਏਗਾ ਉਹ ਸਾਡਾ ਸਹਿਯੋਗ ਦੇਣਗੇ ਸਾਡਾ ਉਹਦੇ ਵਿੱਚ ਮਨਜਿੰਦਰ ਸਿੰਘ ਸਿੱਸਾ ਜੀ ਨੇ ਬੜਾ ਇੱਕ ਅਹਿਮ ਰੋਲ ਮਾਇਆ ਸ਼ਿਰਸਾ ਜੀ ਨੇ ਜਿੱ ਤੱਕ ਅ ਮੋਦੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਅਮਿਤ ਸ਼ਾਹ ਜਨਾਬ ਵੀ ਗੱਲ ਕੀਤੀ ਦਿੱਲੀ ਸਿਗਰਜ਼ਾਰਾ ਪ੍ਰਬੰਧਕਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਨੇ ਜਰਨਲਿਸਤ ਕਤਰ ਜਗਦੀਪ ਸਿੰਘ ਕਾਲੋ ਜੀ ਨੇ ਤੁਸੀਂ ਅੱਗੇ ਵੱਧ ਕੇ ਕੰਮ ਕੀਤਾ ਕਿਉਂਕਿ ਜਦੋਂ ਇੱਕ ਸੰਸਥਾ ਚੱਲਦੀ ਹੈ ਜੋ ਦੇਸ਼ ਦੀ ਸਰਕਾਰਨ ਦੀ ਉਹਦੇ ਨਾਲ ਚੱਲਦੀ ਹੈ ਅੱਜ ਦੇਸ਼ ਦੀ ਸਰਕਾਰ ਨੇ ਇੱਕ ਬੜਾ ਵੱਡਾ ਸੰਦੇਸ਼ ਦਿੱਤਾ ਹੈ ਕਿ ਉਹ ਸਿੱਖੀ ਲਈ ਸਿੱਖੀ ਨੂੰ ਪਰਫੁੱਲਿੱਟ ਕਰਨ ਲਈ ਆਪਣੇ ਵਚਨਬੱਧ ਨੇ ਤੇ ਉਹਨਾਂ ਨੇ ਜੋ-ਜੋ ਅਸੀਂ ਉਹਨਾਂ ਨੂੰ ਆਪਣੀ ਸਿੱਖੀ ਬਾਰੇ ਦੱਸਿਆ ਤੇ ਉਹ ਬੜੇ ਜਾਣੂ ਵੀ ਹੈ ਤੇ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਸਿੱਖੀ ਬਾਰੇ ਉਹਨਾਂ ਨੂੰ ਬੜਾ ਧਿਆਨ ਸੀ ਯਾਸ਼ ਸੀ ਉਹਨਾਂ ਨੇ ਆਪਣੇ ਬੜੇ ਸਾਰੇ ਉਹਨਾਂ ਨੇ ਆਪਣੇ ਜ਼ਿਕਰ ਕੀਤੇ ਸਿੱਖੀ ਬਾਰੇ ਵੀ ਤੇ ਜੋ ਆਉਣ ਵਾਲੇ ਸਮੇਂ ਨੇ ਉਹਨਾਂ ਵਿੱਚ ਵੀ ਉਹਨਾਂ ਨੇ ਇਹ ਸਰਕਾਰ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਪੂਰਜੋਰ ਸਾਨੂੰ ਵਾਦਾ ਕੀਤਾ ਹੈ ਕਿ ਜਿਸ ਤਰ੍ਹਾਂ ਵੀ ਸਿੱਖਾ ਨੂੰ ਸਿੱਖਿਰੀ ਜਿਸ ਚੀ ਦੀ ਲੋੜ ਹੋਏਗੀ ਜ਼ਰੂਰਤ ਹੋਏਗੀ ਸਮੇਂ ਅਨੁਸਾਰ ਉਹ ਨਾਲ ਖੜੇ ਨੇ ਉਹ ਹਰ ਤਰੀਕੇ ਨਾਲ ਸਾਡੀ ਮਦਦ ਕਰਨ ਨੂੰ ਤਿਆਰ ਨੇ ਜਾਂ ਸਿੱਖੀ ਲਈ ਆਪਣਾ ਇੱਕ ਉਹਨਾਂ ਪਿਆਰ ਉਹਨਾਂ ਨੇ ਜਰਤਾ ਕੇ ਸਾਨੂੰ ਦੱਸਿਆ ਵੀ ਜੇ ਇੱਕ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹੈ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ ਦੇ ਵਿੱਚ 6 ਮਹੀਨੇ ਰਹੇ ਉਹਨਾਂ ਨੇ ਸਿੱਖੀ ਬਾਰੇ ਇਤਿਹਾਸ ਬਾਰੇ ਬਹੁਤ ਜਾਣਕਾਰੀਆਂ ਪ੍ਰਾਪਤ ਕੀਤੀ ਤੇ ਉਹਨਾਂ ਨੇ ਇਹ ਗੱਲ ਖੁੱਲ੍ਹ ਕੇ ਕਹਿ ਦਿੱਤੀ ਕਿ ਮੈਨੂੰ ਪੰਜਾਬ ਦਾ ਨੌਜਵਾਨੀ ਪੂਰੇ ਦੇਸ਼ ਦਾ ਨੌਜਵਾਨ ਬਹੁਤ ਅੱਛਾ ਲੱਗਦਾ ਹੈ ਮੈਂ ਅਚਾਨਕ ਮੈਂ ਇਹਨਾਂ ਲਈ ਕੁਝ ਕਰਕੇ ਜੀ ਤਾਂ ਜਿੱਦਾਂ ਤੁਸੀਂ ਉਹਨਾਂ ਨੂੰ ਮਿਲੇ ਇੱਕ ਨੌਜਵਾਨ ਜਨਰੇਸ਼ਨ ਸੀਗੇ ਤੁਸੀਂ ਗੱਲ ਸਿੱਖੀ ਦੀ ਕੀਤੀ ਤਾਂ ਉਹਦੇ ਮਨ ਦੇ ਵਿੱਚ ਬਹੁਤ ਖੁਸ਼ੀ ਸੀ ਮੈਂ ਹੁਣੇ ਜਾਨਣਾ ਚਾਹੁੰਦਾ ਕਿ ਸਿੱਖੀ ਤੇ ਕਿੰਨਾ ਪ੍ਰਚਾਰ ਕਮੇਟੀ ਕਰੇ ਦੇਖੋ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਪਸਾਰ ਲਈ ਹੀ ਸਿੱਖੀ ਜਿੰਨੇ ਸਾਡੇ ਗੁਰੂ ਧਾਮ ਨੇ ਇਤਿਹਾਸਿਕ ਗੁਰੂ ਧਾਮ ਨੇ ਜਾਂ ਹੋਰ ਕਿਸੇ ਵੀ ਤਰੀਕੇ ਕਿਸੇ ਸਿੱਖ ਨੂੰ ਜ਼ਰੂਰਤ ਪੈਂਦੀ ਹੈ ਸਿੱਖੀ ਨੂੰ ਜ਼ਰੂਰਤ ਪੈਂਦੀ ਹੈ ਉਹਦੇ ਲਈ ਹਮੇਸ਼ਾ ਤੋਂ ਵਚਨਬੱਧ ਹੈ ਉਹ ਜਿਸ ਮਰਜ਼ੀ ਤਰੀਕੇ ਨਾਲ ਕੋਈ ਵੀ ਸਿੱਖ ਉੱਥੇ ਜਾਵੇ ਜਾਂ ਉਹ ਆਪਣੀ ਪੱਧਰ ਤੇ ਸਿੱਖਾਂ ਦੀ ਮਦਦ ਕਰਨ ਉਹ ਜਾਂ ਸਿੱਖੀ ਨੂੰ ਪ੍ਰਫੁੱਲਿਤ ਕਰਨ ਨੂੰ ਤਿਆਰ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਮੈਂ ਅੱਜ ਮੈਂ ਕਿਸੇ ਰਿਟਾਇਰ ਅਫਸਰਾਂ ਨਾਲ ਮਿਲਣ ਗਿਆ ਸੀ ਮੈਂ ਉਹ ਇਤਨੇ ਪ੍ਰਭਾਵਿਤ ਨੇ ਸਾਡੀ ਕਾਰਜ ਸ਼ੈਲੀ ਤੋਂ ਜੀ ਉਹਨਾਂ ਨੇ ਮੈਨੂੰ ਆਪਣੇ ਅਜ ਸੁਝਾਅ ਦਿੱਤੇ ਨੇ ਬੜੇ ਸੁੰਦਰ ਬੜੇ ਅੱਛੇ ਸੁਝਾਅ ਦਿੱਤੇ ਨੇ ਕਿਉਂਕਿ ਜਦੋਂ ਇੱਕ ਕਮੇਟੀ ਕੋਈ ਕਾਰਜ ਕਰਨ ਤੇ ਆਂਦੀ ਹੈ ਜੀ ਤੇ ਜਿਹੜੇ ਸਾਡੇ ਬੁੱਧੀਜੀਵੀ ਨੇ ਜੀ ਜਿਹੜੇ ਸਾਡੇ ਰਿਟਾਇਰ ਪਰਸਨ ਨੇ ਪੜ੍ਹੇ ਲਿਖੇ ਪਰਸਨ ਨੇ ਉਹ ਵੀ ਚਾਹੁੰਦੇ ਆ ਕਿ ਇਹ ਕਮੇਟੀ ਕੁਝ ਕਰ ਰਹੀ ਹੈ ਅਸੀਂ ਇਸ ਕਮੇਟੀ ਦਾ ਹਿੱਸਾ ਬਣੀ ਅਸੀਂ ਆਪਣੇ ਕਮੇਟੀ ਨੂੰ ਸੁਝਾਅ ਦਿੱਤੇ ਮੈਂ ਘਟੋ ਘਟ ਦੁਪਹਿਰੇ 2 ਘੰਟੇ ਉਹਨਾਂ ਕੋਲ ਬੈਠ ਕੇ ਆਇਆ ਜੀ ਸਾਡੇ ਬਜ਼ੁਰਗ ਨੇ ਸਾਡੇ ਇਲਾਕੇ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਉਹਨਾਂ ਨੇ ਜੋ ਮੈਨੂੰ ਸੁਝਾਅ ਦਿੱਤੇ ਨੇ ਤੇ ਮੈਂ ਇਸ ਤਰ੍ਹਾਂ ਇੰਨਾ ਉਸੂ ਕਾंगी ਮੈਂ ਕਦੋਂ ਕੱਲ ਅੱਜ ਸੰਡੇ ਹੈ ਮੰਡੇ ਸਵੇਰੇ ਦਫ਼ਤਰ ਖੁੱਲੇ ਤੇ ਮੈਂ ਪ੍ਰਧਾਨ ਸਾਹਿਬ ਨੂੰ ਉਸਕੱਤਰ ਸਾਹਿਬ ਨੂੰ ਜਾ ਕੇ ਉਹਨਾਂ ਦੇ ਸੁਝਾਅ ਦੇ ਕੇ ਆਵਾਂ ਇਤਨੇ ਅਕਸ਼ਰ ਸੁੰਦਰ ਸੁਝਾਅ ਲੋਕ ਦੇਂਦੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਇਹ ਕਮੇਟੀ ਜਿਹੜੀ ਹੈ ਇਹ ਕਮੇਟੀ ਇਹ ਚੰਗੇ ਚੰਗੇ ਸੁਝਾਵਾਂ ਨੂੰ ਇੰਪਲੀਮੈਂਟ ਕਰੇਗੀ ਕੇਵਲ ਉਹ ਸੁਝਾਅ ਬਕਸ਼ਿਆਂ ਤੱਕ ਪੇਟੀਆਂ ਚ ਨਹੀਂ ਪਈ ਰਹਿ ਜਾਣਗੇ ਇਹ ਕਮੇਟੀ ਵੱਲੋਂ ਤੇ ਅਮਲ ਕਰੇਗੀ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਮੈਨੂੰ ਸੁਝਾਅ ਦਿੱਤੇ ਨੇ ਔਰ ਮੈਂ ਕਦੋਂ ਸਵੇਰ ਚੜ੍ਹਦੀ ਕੱਲ ਜਾ ਕੇ ਆਪਣੇ ਸੁਝਾਅ ਜਿਹੜੇ ਇਹਨਾਂ ਦੇ ਨੇ ਮੈਂ ਅੱਗੇ ਤੱਕ ਪੁੰਜਾ ਕੇ ਨਾ ਔਰ ਮੈਨੂੰ ਪੂਰੀ ਉਮੀਦ ਹੈ ਸਾਡੇ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਇਹ ਜਿਹੜੇ ਸੁਝਾਅ ਸੰਗਤ ਦੇ ਆ ਰਹੇ ਨੇ ਇਹਨਾਂ ਦੇ ਬਹੁਤ ਜਲਦੀ ਅਮਲ ਵੀ ਕਰੇਗੀ ਵੀਡੀਓ ਤੁਹਾਡਾ ਨਾ ਜ਼ਿਕਰ ਕਰਨਾ ਚਾਹੁੰਦਾ ਵੀ ਬਾਬਾ ਜੀ ਸਾਡੇ ਕੋ ਆਏ ਆ ਕਲੇਰਾ ਵਾਲੇ ਸਨ ਉਹ ਬੜਾ ਅੱਛਾ ਜ਼ਿਕਰ ਕਰਕੇ ਗਏ ਕਿ ਇਹ ਜਿਹੜੀ ਪਹਿਲ ਆ ਜੀ ਅਸੀਂ ਤਾਂ ਬਹੁਤ ਪ੍ਰਵਾਪਤ ਖੁਸ਼ ਅਸੀਂ ਕੌਮਲੇ ਜੋ ਸਾਨੂੰ ਕੋਈ ਡਿਊਟੀ ਲੱਗੇਗੀ ਅਸੀਂ ਕਰਨ ਪਿਆ। ਵੀ ਜੇ ਆਪਾਂ ਸਿੱਖੀ ਪ੍ਰਚਾਰ ਨੂੰ ਤਦੇ ਅੱਗੇ ਵਧਾ ਸਕਦੇ ਜੇ ਅਸੀਂ ਲੋਕਾਂ ਦੇ ਆਪਣਿਆਂ ਤੇ ਆਪੋ ਜੀ ਤੇ ਦੋਸ਼ਣਵਾਦੀ ਤੋਂ ਥੋੜੇ ਹਟ ਕੇ ਗੱਲ ਕਰੀਏ। ਕਿਉਂਕਿ ਤੁਸੀਂ ਇੱਕ ਨੌਜਵਾਨ ਹੋ ਤੁਹਾਡੇ ਚ ਸੋਚ ਹੈ ਆਪਾਂ ਲੱਗਦਾ ਨਹੀਂ ਕਿ ਆਪਾਂ ਇਹ ਆਪਾਂ ਵੀ ਆਪਾਂ ਇਹ ਪੋਲਿਟਿਕਸ ਤੋਂ ਥੋੜਾ ਜਿਹਾ ਹਟ ਕੇ ਔਰ ਆਪਣੇ ਸਿੱਖੀ ਵੱਲੋਂ ਧਿਆਨ ਦੇਈਏ ਔਰ ਸਾਰਿਆਂ ਨੂੰ ਕਹੀਏ ਆਓ ਬਰਾੜ ਮਿਲ ਕੇ ਗੱਲ ਕਰੀਏ ਕਿਉਂਕਿ ਸੇਕੌਮ ਨੇ ਆਪਣਾ ਵਿਕਾਰਾ ਬਹੁਤ ਡਾਊਨ ਕਰ ਲਿਆ ਇੱਕ ਦੂਜੇ ਦੇ ਦੋਸ਼ ਲਾ ਕੇ ਇੱਕ ਦੂਜੇ ਨੰਗਾ ਕਰਕੇ ਇਹ ਲੋਕ ਬਲੈਕ ਨਹੀਂ ਕਰ ਰਹੇ ਉਹ ਕਹਿੰਦੇ ਕਿ ਅੱਛੀ ਬਾਤ ਹੈ ਹੋ ਗਿਆ ਹੋ ਗਿਆ ਠੀਕ ਹੈ ਨਹੀਂ ਹੋਇਆ ਵਧੀਆ ਕਰੋ ਤੁਸੀਂ ਕਹਿਣਾ ਚਾਹੁੰਦੇ ਵੀ ਜੀ ਬਿਲਕੁਲ ਮੈਂ ਦੇਖੋ ਸੋਸ਼ਲ ਮੀਡੀਆ ਅੱਜ ਸਾਡੇ ਵਿਚਾਰ ਹੈ ਅਸੀਂ ਸੋਸ਼ਲ ਮੀਡੀਆ ਤੋਂ ਚੰਗੀ ਗੱਲ ਕਰੀਏ ਹੂੰ ਹੋ ਗੀ ਰਿਹਾ ਸੋ ਘਮ ਹੋਏ ਨੇ ਦੇਖੋ ਸੰਪੂਰਨ ਕੇਵਲ ਉਹ ਪਰਮਪિતા ਪਰਮੇਸ਼ਵਰ ਹੋਰ ਕੋਈ ਸੰਪੂਰਨ ਨਹੀਂ ਕੇਵਲ ਉਹ ਹੈ ਜੀ ਆਪਾਂ ਮਾਨਾ ਵਾ ਅਸੀਂ ਗੱਲ ਕਰਦੇ ਆ ਅਸੀਂ ਜੀਵਾਂ ਅਸੀਂ ਸੋ ਘਮ ਕਰਦੇ ਆ ਸਾਡੇ ਕੋਲ ਗਲਤੀ ਵੀ ਕਿਤੇ ਰਹਿ ਜਾਂਦੀ ਹੈ ਮੈਂ ਲੇਕਿਨ ਲੇਕਿਨ ਸਾਡਾ ਅੱਜ ਸੋਸ਼ਲ ਮੀਡੀਆ ਕਿਸ ਲਈ ਯੂਜ਼ ਹੁੰਦਾ ਹੈ ਕਿ ਭਾਈ 99 ਖੂਬੀਆਂ ਦੇ ਗਿਣਾਣੀਆਂ ਨਹੀਂ ਹੈ ਇੱਕ ਕਮੀ ਹੈ ਨਾ ਬਸ ਉਹਨੂੰ ਚੱਕ ਲੈਣਾ ਜੀ ਜੀ ਔਰ ਕਈ ਵਾਰ ਤੇ ਗੁੰਦੀ ਹੈ ਕਿ ਕਮੀ ਹੁੰਦੀ ਵੀ ਨਹੀਂ ਉਹਨੂੰ ਬਣਾ ਦਿੱਤਾ ਕ੍ਰੀਏਟ ਕਰ ਦਿੱਤਾ ਜਾਂਦਾ ਦਸਣ ਵਿੱਚ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਚਾਹੇ ਉਹ ਕੋਈ ਵੀ ਪਾਰਟੀ ਹੈ ਰਾਜਨੀਤਿਕ ਹੈ ਚਾਹੇ ਉਹ ਧਾਰਮਿਕ ਜਥੇਬੰਦੀਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗਾ ਆਓ ਸਾਰੇ ਅਸੀਂ ਇੱਕ ਮੰਚ ਤੇ ਇਕੱਠੀ ਹੋਈਏ ਔਰ ਅਸੀਂ ਆਪਣੀ ਸਿੱਖੀ ਨੂੰ ਧਾਲਾਣ ਵਾਲਿਆਂ ਤੋਂ ਦੂਰੀ ਬਣਾਈਏ ਔਰ ਆਪਾਂ ਸਿੱਖੀ ਨੂੰ ਪਰਫੁੱਲਿਤ ਕਰਨ ਲਈ ਇੱਕ ਮੰਚ ਤੇ ਆ ਕੇ ਆਪਾਂ ਜੋ ਜੋ ਰੋਲ ਅਪਣਾਦਾ ਕਰ ਸਕਦੇ ਆ ਸਿੱਖੀ ਵੀ ਸਾਨੂੰ ਉਹਦਾ ਕਰਨਾ ਚਾਹੀਦਾ ਹੈ ਔਰ ਇਹ ਸਾਨੂੰ ਜਿਹੜੀ ਦੋਸ਼ ਬਦੋਸ਼ ਦੀ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਸਿੱਖ ਕੌਮ ਦੇ ਵਿੱਚ ਇੱਕ ਗੱਲ ਵੱਡੀ ਹੈ ਪੂਰੇ ਵੱਡੇ ਨੇ ਮੰਨ ਲਿਆ ਕਿ ਜਿੱਥੇ ਖਾਲਸਾ ਖੜਾ ਹੋ ਜਾਂਦਾ ਹੈ ਉੱਥੇ ਸਾਰੇ ਨਾਰੇ ਵਿਆਰੇ ਰਹਿੰਦੇ ਆ ਐਡੀ ਵੱਡੀ ਸਾਡੇ ਕੋ ਗੁਰੂ ਮਾਰ ਨੇ ਬਖਸ਼ਿਸ਼ ਬਖਸੀ ਵੀ ਵਾਰਡ ਦੇ ਵਿੱਚ ਕਿਸੇ ਦੇਸ਼ ਨੇ ਵੀ ਐਸਾ ਨਹੀਂ ਕਿਹਾ ਕਿ ਸਿੱਖ ਮਾਰੇ ਫਿਰ ਆਪਾਂ ਸਿੱਖੇ ਕੋ ਦੂਜੇ ਨੂੰ ਮਾਰਾ ਕਿਉਂ ਕਰਦੇ ਆ ਦੇਖੋ ਇਹ ਵਿਨਮਨਾ ਹੈ ਬੜੀ ਵੱਡੀ ਜਿੱਥੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ ਸਾਡੇ ਸਿੱਖਾਂ ਦੇ ਹਿਰਦੇ ਚ ਵਸਦੀ ਹੈ ਔਰ ਅਸੀਂ ਦੇਸ਼ਾਂ ਵਿਦੇਸ਼ਾਂ ਚ ਆਪਣੀ ਕਾਰਜਸ਼ੈਲੀ ਨਾਲ ਵੀ ਆਪਾਂ ਆਪਣੀ ਸੇਵਾ ਭਾਵਨਾ ਨਾਲ ਵੀ ਝੰਡੇ ਗੱਡੇ ਨੇ ਵਿਦੇਸ਼ੀਆਂ ਸਰਕਾਰਾਂ ਅੱਜ ਜੋ ਸਿੱਖੀ ਨੂੰ ਮੰਨਦੀਆਂ ਨੇ ਕਿ ਸਿੱਖਾਂ ਦੀ ਜੋ ਪੜਾਈ ਹੈ ਜੋ ਸਿੱਖਾਂ ਦਾ ਸੰਦੇਸ਼ ਹੈ ਸਾਨੂੰ ਸਕੂਲਾਂ ਚ ਪੜ੍ਹਾਉਣਾ ਚਾਹੀਦਾ ਹੈ ਉਹ ਸਾਨੂੰ ਮੰਨਦਿਆਂ ਨੇ ਲੇਕਿਨ ਆਪਾਂ ਕੁਝ ਲੋਗ ਨੇ ਜਿਹੜਾ ਆਪਣਾ ਸਿਆਸੀ ਲਾਹਾ ਲੈਣ ਨੂੰ ਕਿਉਂਕਿ ਜ਼ਮੀਨ ਉਹਨਾਂ ਦੀ ਖਿਸਕ ਗਈ ਹੈ ਉਹ ਆਪਣਾ ਸਿਆਸੀ ਲਾਹਾ ਲੈਣ ਨੂੰ ਉਹ ਇਸ ਤਰ੍ਹਾਂ ਦੀ ਕੁੱਝ ਯਰਗਦਾਂ ਕਰ ਰਹੇ ਨੇ ਉਹਨਾਂ ਨੂੰ ਬਾਹ ਜਾਣਾ ਚਾਹੀਦਾ ਔਰ ਸੰਗਤ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਇਹ ਦੋਸ਼-ਵਦੋਸ਼ ਲਾ ਰਹੇ ਨੇ ਕਿ ਉਹ ਠੀਕ ਨਹੀਂ ਸੰਗਤ ਨੂੰ ਚਿਤਨਾ ਚਾਹੀਦਾ ਹੈ ਸੰਗਤ ਨੂੰ ਉਤੇ ਬੇਸ਼ੱਕ ਸੜ ਤੋਂ ਸਪਸ਼ਟੀਕਰਨ ਲੈਣਗੇ ਸਰ ਕੋ ਆਣ ਦਿੱਲੀ ਕਮੇਟੀ ਅਗਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੋਈ ਸੰਚਾਰ ਅਸੀਂ ਉਹਨੂੰ ਦੱਸਾਂਗਾ ਮੈਂ ਤਾਂ ਨਿੱਕਲ ਦੱਸਿਆ ਸੰਗਤ ਸਾਨੂੰ ਉਸਾਹਿਤ ਕਰਦੀ ਹੈ ਕਾਰਜਕਰਨ ਅੱਜ ਸੰਗਤ ਦਾ ਧਨਵਾਦੀਆਂ ਸੀ ਸੰਗਤ ਸਾਨੂੰ ਉਸਾਹ ਦਿੰਦੀ ਕਿ ਨਹੀਂ ਤੁਸੀਂ ਉਹਨਾਂ ਵੱਲ ਨਹੀਂ ਦੇਖਣਾ ਕਿਉਂਕਿ ਉਹਨਾਂ ਦਾ ਇੱਕੋ ਮੋਟਿਵ ਹੈ ਕਿ ਕਿਸੇ ਤਰੀਕੇ ਇਹਨਾਂ ਦਾ ਧਿਆਨ ਭਟਕ ਜਾਵੇ ਔਰ ਇਹ ਆਪਣੀ ਜੋ ਸੇਵਾ ਤੋਂ ਭਟਕ ਜਾਣ ਲੇਕਿਨ ਆਪਾਂ ਆਪਣਾ ਸੁਭਾਅ ਔਰ ਆਪਣਾ ਕੇਵਲ ਇੱਕੋ ਫੋਕਸ ਰੱਖਿਆ ਹੈ ਕਿ ਸੇਵਾ ਕਰਨ ਲਈ ਸਿੱਖੀ ਦੀ ਸੇਵਾ ਕਰਨੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨੀ ਸਾਡਾ ਫੋਕਸ ਕੇਵਲ ਇਕਰੇਗਾ ਸਾਹਰੋ ਜੋ ਮਰਜੀ ਇਸ ਤਰ੍ਹਾਂ ਦੇ ਕੋਝੀਆਂ ਹਰਕਤਾਂ ਕਰਦਾ ਰਹੇ ਕੋਝੇ ਇਲਜ਼ਾਮ ਲਾਂਦਾ ਰਹੇ ਅਸੀਂ ਆਪਣੇ ਮੋਟਿਵ ਤੋਂ ਨਹੀਂ ਹਟਾਂਗੇ ਸਾਡਾ ਟੀਚਾ ਇੱਕੋ ਹੈ ਸਿੱਖੀ ਨੂੰ ਪਰਫੁੱਲਿਟ ਕਰਨਾ ਸਿੱਖੀ ਦੀ ਸੇਵਾ ਕਰਨਾ ਸੰਗਤ ਦੀ ਸੇਵਾ ਕਰਨਾ ਤੁਸੀਂ ਜਾਂਦੇ ਜਾਂਦੇ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਗੱਤਕੇ ਨਾਲ ਜੁੜਨ ਉਹ ਬਾਣੀ ਨਾਲ ਜੁੜਨ ਉਹ ਸੇਵਨ ਨਾਲ ਜੁੜਨ ਬਿਲਕੁਲ ਜੀ ਸਾਡੀ ਗੁਰੂ ਸਾਹਿਬਾਂ ਦੀ ਸਾਨੂੰ ਬਖਸ਼ਿਸ਼ ਹੈ ਗੱਤਕਾ ਬਾਣੀ ਬਾਣਾ ਅਸੀਂ ਜਦ ਤੱਕ ਇਹਨਾਂ ਨਾਲ ਜੁੜੇ ਰਹਾਂਗੇ ਤੇ ਆਪਾਂ ਸਿੱਖੀ ਨਾਲ ਜੁੜੇ ਰਹਾਂਗੇ ਤੇ ਅਸੀਂ ਕਦੀ ਵੀ ਇਹਨਾਂ ਚੀਜ਼ਾਂ ਤੋਂ ਵੱਖ ਨਹੀਂ ਹੋਣਾ ਅਸੀਂ ਆਪ ਵੀ ਮੈਂ ਗੱਤਕਾ ਖੇਡਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੱਚੇ ਆਉਂਦੇ ਨੇ ਬੱਚਿਆਂ ਨੂੰ ਮੈਂ ਖੇਡਦਾ ਬੱਚਿਆਂ ਨੂੰ ਸਿਖਾਉਣਾ ਵੀ ਮੈਂ ਤੇ ਆਪਣੇ ਗੁਰੂ ਘਰ ਮੈਂ ਸਿੱਖਦਾ ਵੀ ਅੱਜ ਵੀ ਮੈਂ ਕਹਿ ਸਕਦਾ ਮੈਂ ਸਿੱਖਦਾ ਕਿਉਂਕਿ ਸਿੱਖੀ ਸਿੱਖ ساری عمر ਸਿੱਖੇਗਾ ਤੇ ਆਪਾਂ ਨੂੰ ਕੋਈ ਗੁਰੇਜ ਨਹੀਂ ਉਹ ਚ ਕਹਿੰਦੇ ਆਪਾਂ ਜਦੋਂ ਜਦੋਂ ਚੰਗੀਆਂ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਗੁਰੂ ਘਰ ਸਾਡੇ ਸਾਹਮਣੇ ਆਣਗੀਆਂ ਅਸੀਂ ਉਹਨਾਂ ਨੂੰ ਅਪਣਾਵਾਂਗੇ ਕਿਉਂਕਿ ਤਾਂ ਜਦ ਤੱਕ ਚੰਗੀਆਂ ਚੀਜ਼ਾਂ ਅਪਣਾਵਾਂਗੇ ਨਹੀਂ ਨਾ ਆਪਣਾ ਜੀਵਨ ਚੰਗਾ ਹੋਏਗਾ ਨਾ ਆਪਾਂ ਕਿਸੇ ਹੋਰ ਨੂੰ ਕੋਈ ਸਮਝਾ ਸਕਾਂਗੇ ਤੇ ਇੱਕ ਉਹ ਟੀਚਾ ਅਪਣਾਇਆ ਕਿ ਆਪਾਂ ਸਿੱਖੀ ਦੀ ਦੇਣ ਦਾ ਆਪਣਾ ਜੀ ਜਾਣ ਕਰਕੇ ਕਿ ਉਹ ਅਗਰ ਸੇਵਾ ਗੁਰੂ ਸਾਹਿਬ ਨੇ ਸੰਗਤਾਂ ਨੇ ਦਿੱਤੀ ਹੈ ਤੇ ਆਪਾਂ ਉਸ ਲਈ ਆਪਾਂ ਜੀ ਜਾਣ ਦੇ ਨਾਲ ਆਪਣਾ ਪੂਰਾ ਸਹਿਯੋਗ ਕਰ ਸਕੀਏ ਤੇ ਮੈਂ ਤੇ ਦਿੱਲੀ ਦੀ ਸੰਗਤ ਦਾ ਧਨਵਾਦੀ ਵੀ ਆਂ ਮੈਂ ਆਪਣੇ ਇਲਾਕੇ ਦੀ ਸੰਗਤ ਦਾ ਧੰਨਵਾਦੀ ਵੀ ਆ ਕਿ ਸਾਨੂੰ ਇਹ ਪੂਰਨ ਸਹਿਯੋਗ ਦਿੰਦੇ ਨੇ ਅੱਜ ਵੀ ਸਾਨੂੰ ਮੈਂ ਅਗਰ ਕਿਸੇ ਨਾਲ ਕੋਈ ਤੁਹਾਨੂੰ ਦੱਸਿਆ ਜਿਵੇਂ ਕੁਝ ਹੀ ਹਰਕਤਾਂ ਨੇ ਲੋਕ આરોਪ ਲਗਾਉਂਦੇ ਨੇ ਲੇਕਿਨ ਸਾਡੀ ਸੰਗਤ ਆ ਕੇ ਸਾਨੂੰ ਹੰਗਾਰਾ ਦਿੰਦੀ ਹੈ ਸਾਡੀ ਪਿੱਠ ਤੇ ਆ ਰੱਖਦੀ ਹੈ ਮਾਵਾ ਸਾਡੇ ਸਿਰ ਤੇ ਹੱਥ ਰੱਖਦੀਆਂ ਨੇ ਸਾਨੂੰ ਬੜਾ ਚੰਗਾ ਲੱਗਦਾ ਸਾਨੂੰ ਉਸ ਆਵਾ ਦਾ ਅਸੀਂ ਵੱਧ ਚੜ ਕੇ ਸੇਵਾ ਕਰਦੇ ਸਾਨੂੰ ਇੱਕ ਪ੍ਰੇਰਣਾ ਮਿਲਦੀ ਉਹਨਾਂ ਤੋਂ ਮੇਰਾ ਇੱਕ ਲਾਸਟ ਕੁਐਸਚਨ ਹੈ ਪ੍ਰਧਾਨ ਮੰਤਰੀ ਜੀ ਨੇ ਮਾਰਸ਼ਲ ਲਾ ਗਤਕਾ ਦੇਖਿਆ ਉਹ ਬਹੁਤ ਗਦਗਦ ਹੋ ਗਏ ਬਹੁਤ ਖੁਸ਼ ਹੋਏ ਉਹਨਾਂ ਨੇ ਕਿ ਯਾਰ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਸ਼ਾਇਦ ਅਸੀਂ ਨਾ ਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਗੁਰ ਤੇਗ ਬਹਾਦਰ ਸਾਹਿਬ ਹਿੰਦੀ ਚਾਦਰ ਬਿਲਕੁਲ ਇਹ ਕੋਈ ਇਹਦੇ ਚ ਗੁਰੇਜ ਨਹੀਂ ਕਹਿਣ ਜੇ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅੱਜ ਹਿੰਦੀ ਚਾਦਰ ਨੇ ਨਾਲ ਨਵਾਜਿਆ ਗਿਆ ਉਹਨਾਂ ਨੂੰ ਕਿਉਂਕਿ ਅੱਜ ਅਗਰ ਜੰਝੂ ਬਚਿਆ ਦੇਖੋ ਸਾਰੇ ਆਪਣੇ ਲਈ ਆਪਣੇ ਧਰਮ ਲਈ ਤਾਂ ਸਭ ਕੁਝ ਕਰਦੈ ਨੇ ਲੇਕਿਨ ਇੱਕ ਗੁਰੂ ਤੇਗਹਦਰ ਸਾਹਿਬ ਨੇ ਇੱਕ ਸਿੱਖੀ ਦਾ ਜ਼ਿੰਦਾਦ ਨੇ ਉਹ ਦੱਸਿਆ ਕਿ ਅਸੀਂ ਆਪਣੇ ਲਈ ਵੀ ਤਾਂ ਦੂਜਿਆਂ ਲਈ ਵੀ ਲੰਣਾ ਹੈ Hindu dharm ਆਪਣੇ ਆਪ ਚ ਰਹਿਣ ਸਾਰੇ ਅਸੀਂ ਕਿਸੇ ਤੋਂ ਅਗਰ ਕੋਈ ਜ਼ੁਲਮ ਹੋ ਰਿਹਾ ਚਾਹ Hindu dharm ਤੇ ਹੋ ਰਿਹਾ ਅਸੀਂ ਉਹਦੇ ਲਈ ਵੀ ਖੜੇ ਹੋਣਾ ਤੇ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਅੱਜ ਅਗਰ ਇਥੇ ਮੰਦਲਾ ਦੇ ਟਾਲ ਵਾਜਦੇ ਨੇ ਤੇ ਗੁਰੂ ਤੇਗਹਦਰ ਸਾਹਿਬ ਦੀ ਕਿਰਪਾ ਦੇ ਸਦਕਾ ਅੱਜ ਮੋਦੀ ਸਾਹਿਬ ਨੇ ਉਹਨੂੰ ਮੰਨਿਆ ਤੇ ਇਹ ਵੀ ਉਹਨਾਂ ਦੇ ਬੜਪਰ ਹੈ ਕਿ ਉਹਨਾਂ ਨੇ ਮੰਨਿਆ ਨਹੀਂ ਤੇ ਕੁਝ ਲੋਕ ਦੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਲੇਕਿਨ ਉਹਨਾਂ ਗੁਰੂ ਉਹਨਾਂ ਨੇ ਆ ਮੰਨਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬੜੀ ਵੱਡੀ ਕੁਰਬਾਨੀ ਇਸ ਦੇਸ਼ ਲਈ ਅੱਜ ਅਗਰ ਇਹ ਦੇਸ਼ ਹਿੰਦੁਸਤਾਨ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਤਕਾ ਸਾਡੇ ਨਾਲ ਗੱਲਬਾਤ ਕਰਨੇ ਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਆਪ ਜੀ ਨੇ ਵੀ ਕਿਰਪਾ ਕੀਤੀ ਕਿ ਸਾਡੇ ਜਿਹੜੇ ਜਜ਼ਬਾਤ ਨੇ ਜਾਂ ਸਾਡੀ ਜਿਹੜਾ ਸੇਵੇ ਦਾ ਟੀਚਾ ਆਪ ਸੰਗਤ ਤੱਕ ਪਹੁੰਚਾਣਾ ਕਰਦੇ ਹੋ ਤੇ ਆਪ ਦਾ ਬਹੁਤ-ਬਹੁਤ ਧੰਨਵਾਦ ਇਹ ਸੰਸਦਾਰ ਹਰਜੀਤ ਸਿੰਘ ਜੀ ਮੈਂਬਰ ਦਿੱਲੀ ਸਿਟੀ ਗਵਰਨਰਪਨ ਕਮੇਟੀ ਜੋ ਯਾਰੋ ਨੌਜਵਾਨ ਨੇ ਸੋਚ ਅੱਛੀ ਰੱਖਦੇ ਨੇ ਗੁਰਸਿੱਖੀ ਲਈ ਵੀ ਵਿਹਾਤ ਆਪ ਆਪਣੀ ਡਿਊਟੀ ਨਿਭਾਉ ਦੇ ਸਕਦੇ ਆ ਸੇ ਕੰਮ ਨੂੰ ਫਿਰ ਅਪੀਲ ਕਰਦੇ ਜੀ ਬੇਨਤੀ ਕਰ ਸਕਦੇ ਹੋ ਕਿ ਤੁਹਾਡੀ ਸੋਚ ਕੌਮ ਪ੍ਰਤੀ ਹੋਣੀ ਚਾਹੀਦੀ ਤੁਹਾਡੀ ਸੋਚ ਨੌਜਵਾਨਾਂ ਪ੍ਰਤੀ ਹੋਣੀ ਚਾਹੀਦੀ ਤੁਹਾਡੀ ਸੋਚ ਸਿੱਖੀ ਨੂੰ ਪ੍ਰਧਾਨ ਤੇ ਹੋਣੀ ਚਾਹੀਦੀ ਨਾ ਕਿ ਕਿਸੇ ਤੇ ਦੋਸ਼ਵਾਦੀ ਲਾਮ ਤੇ ਮੈਂ ਹੁਸ਼ਨਿਕ ਸਿੰਘ ਪਿੰਕਾ ਜੱਟ ਦਾ ਡਿਵੀ ਦਿੱਲੀ ਦਾ